ਇਹ ਭਾਈ ਨੇ ਮਾੜੇ ਮਾੜੇ ਪੇਜ ਢਿੱਲੇ ਕਰਦਾ ਪਿਆ ਵਾ, ਇਹ ਪੇਜ ਢਿੱਲੇ ਕਰ ਲੈਣੇ ਹਲਕੇ ਹਲਕੇ ਅਤੇ ਦੋਨੋਂ ਤਰਫੋਂ ਇੱਕ ਸਾਈਡ 'ਤੇ ਹੋ ਗਿਆ, ਇਹ ਦੂਜੀ ਸਾਈਡ 'ਤੇ ਮਾੜੇ ਮਾੜੇ ਪੇਜ ਲੂਜ਼ ਹੋ ਗਿਆ। ਭਾਈ ਜਾਨ ਇਸ ਤਰੀਕੇ ਨਾਲ ਤੁਸੀਂ ਵੀ ਮਸ਼ੀਨ ਫਿੱਟ ਕਰ ਲੈਣੀ ਹੈ। ਅਤੇ ਇਹ ਰਾੜ ਨੇ, ਰਾੜ ਨੇ, ਇਹ ਰਾੜਾਂ ਦੇ ਵਿੱਚ ਐਡਜਸਟ ਹੋ ਜਾਣੀ ਮਸ਼ੀਨ। ਅਤੇ ਇਹ ਚੀਜ਼ ਹੈ, ਇੱਧਰ ਵੀ ਹੋ ਗਈ, ਉੱਧਰ ਵੀ ਹੋ ਗਈ, ਇਹ ਬਿਲਕੁਲ ਅਗਲੇ ਮੱਥੇ ਦੇ ਨਾਲ, ਬਿਲਕੁਲ ਅੱਗੇ ਟੱਕਰ ਦੇ ਨਾਲ ਇਸ ਜਗ੍ਹਾ 'ਤੇ ਲੱਗ ਗਈ, ਉੱਧਰ ਵੀ ਲੱਗ ਗਈ। ਫਿਰ ਇਹਨਾਂ ਤੋਂ ਬਾਅਦ ਥੋੜ੍ਹੇ ਥੋੜ੍ਹੇ ਪੇਜ ਚੈਟ ਕਰ ਦੇਣੇ ਨੇ। ਦੋ ਪਾਸੋਂ ਟੱਕਰ ਦੇ ਨਾਲ ਮੱਥਾ ਲੱਗ ਟੈਚ ਹੋਣੀ ਚਾਹੀਦੀ, ਸਰੀਆ ਫੁੱਲ ਟੱਕਰ ਦੇ ਨਾਲ ਲੱਗਾ ਹੋਣਾ ਚਾਹੀਦਾ। ਇਹ ਹੋ ਗਈ ਮਸ਼ੀਨ ਸੀਡਰ ਆਪਣਾ ਵਿੱਚ ਲੱਗ ਗਿਆ। ਸਪਰਿੰਗ, ਇਹ ਸਪਰਿੰਗ ਪਕੜਨਾ ਵਾ। ਵਾਹਿਗੁਰੂ, ਸਪਰਿੰਗ ਨੂੰ ਇਹ ਪੱਟੀ ਪਕੜ ਕੇ ਇਹ ਕਾਬਲੇ ਵਿੱਚ ਇੱਥੇ ਐਡਜਸਟ ਕਰ ਰਹੇ ਨੇ, ਕਾਬਲੇ ਲੱਗੇ ਹੋਏ ਨੇ। ਇਹ ਸਾਈਡ ਵੀ ਲਾ ਦੋ, ਉੱਤੋਂ ਦੀ ਆ ਗਏ। ਕਾਬਲੇ ਪੱਟੀ ਪੈ ਕੇ ਨੱਟ ਲੱਗ ਗਿਆ, ਇਹ ਇਹ ਸਪਰਿੰਗ ਖਿੱਚ ਕੇ ਇਹਦੇ ਵਿੱਚ ਪਾ ਦੇ। ਇਸ ਤਰ੍ਹਾਂ ਬਸ, ਪਰ ਇਹ ਜੀ ਸਪਰਿੰਗ ਪੈ ਗਿਆ, ਇਸੇ ਤਰ੍ਹਾਂ ਦੂਜੀ ਤਰ੍ਹਾਂ ਪਾ ਦੇਣਾ। ਇਹ ਪਿੱਛੇ ਰੋਲਾ ਲੱਗ ਗਿਆ, ਬਸ ਇਹ ਮਸ਼ੀਨ ਆਪਣੀ ਨਾਲ ਐਡਜਸਟ ਹੋ ਗਈ। ਇਸੇ ਤਰੀਕੇ ਨਾਲ ਚਾਰੇ ਮਸ਼ੀਨਾਂ ਐਡਜਸਟ ਨਾਲ ਕਰ ਦੇਣੀਆਂ। ਓਕੇ।